ਅਗਰ ਸੁਲਤਾਨ ਬਾਹੂ ਦੀ ਗੱਲ ਜਦੋਂ ਬਾਦਸ਼ਾਹ ਆਪ ਦੇ ਮਾਈ ਸਾਹਿਬ ਉਹਨਾਂ ਦੇ ਘਰ ਪੈਦਾ ਹੋਏ ਸਨ ਤੇ ਆਪ ਦੇ ਘਰ 12 ਬੇਟੇ ਹੋਏ ਸਨ। ਜਿਹੜਾ ਬੇਟਾ ਹੁੰਦਾ ਸੀ ਅੱਜ ਕੱਲ੍ਹ ਕਿ ਆਪ ਨਜ਼ਰ ਕਰਕੇ ਵਹਿੰਦੇ ਆ ਤੇ ਫਟ ਜਾਂਦੇ ਤੇ ਜਦੋਂ ਇਹ 12ਵੇਂ ਹੋਏ ਸਨ ਸੁਲਤਾਨ ਬਾਹੂ ਰਹਿਮਤੁੱਲਾ ਅਲੈਹ ਤੇ ਫਿਰ ਆਪ ਨੇ ਜਿਸੇ ਨਜ਼ਰ ਕੀਤੀ ਤੇ ਫਿਰ ਉਹ ਇਸ ਤਰ੍ਹਾਂ ਹੀ ਕਿਹਾ ਵੀਰੇ ਆ ਮਾਈ ਸਾਹਿਬ ਆਖਣਗੇ ਇਹ ਹੋਣਗੇ ਚਨਾਹ ਦੇ ਵਾਰਸ ਹੋਣਗੇ ਦੇ ਫਿਰ ਗੱਲ ਫਿਰ ਜਿਸਲੇ ਪੈਦਾ ਹੋਏ ਨੇ ਫਿਰ ਗੱਲ ਇਹ ਜਿਸਲੇ ਬੰਨੇ ਨਿਕਲਦੇ ਹੁੰਦੇ ਹਨ ਘਰੋਂ ਬਾਹਰ ਨਿਕਲਦੇ ਹੁੰਦੇ ਹਨ ਤੇ ਹਿੰਦੂ ਜਿਹੜਾ ਵਹਿੰਦਾ ਹੁੰਦਾ ਸੀ ਮੁਸਲਮਾਨ ਹੋ ਗਿਆ ਆਪ ਨੂੰ ਵੇਖਣਾ ਤੇ ਉਹਨਾਂ ਕਲਮਾ ਸ਼ਰੀਫ ਪੜ੍ਹਨਾ ਲਾ ਇਲਾਹ ਇਲਾਹ ਪੜ੍ਹ ਕੇ ਮੁਸਲਮਾਨ ਫਿਰ ਹਿੰਦੂਆਂ ਨੇ ਪਹਿਰਾ ਲਾਇਆ ਆਖਿਆ ਇਹਨਾਂ ਦੇ ਵਾਲਦ ਸਾਹਿਬ ਨੂੰ ਆਖਿਆ ਵੀ ਯਾਦਰਤ ਮੁੰਡਾ ਜਿਹੜਾ ਤੁਹਾਡਾ ਬੰਨੇ ਨਾ ਕੱਢਿਆ ਕਰੋ ਜਦੋਂ ਇਹਨਾਂ ਨੂੰ ਬੱਲੇ ਕੱਢਦੇ ਨਾ ਉਦੋਂ ਉਹਨਾਂ ਸਾਨੂੰ ਦੱਸ ਲਿਆ ਕਰੋ ਤੇ ਫਿਰ ਅਸੀਂ ਬੰਨੇ ਕੱਢਿਆ ਕਰੋ ਆਪ ਨੇ ਆਖਿਆ ਚੰਗਾ ਫਿਰ ਆਪ ਦੱਸ ਲੈਣ ਕਰ ਫਿਰ ਉਸ ਤਰ੍ਹਾਂ ਕੋਈ ਜ਼ਮਾਨਾ ਆਇਆ ਫਿਰ ਉਹ ਵੀ ਜ਼ਮਾਨਾ ਆਇਆ ਆਪ ਫਿਰ ਬਿਮਾਰ ਹੋ ਗਏ ਉਹ ਜਿਹੜਾ ਕਲਮਾ ਨਹੀਂ ਪੜ੍ਹਦੇ ਇੱਕ ਹਿੰਦੂ ਸੀ ਡਾਕਟਰ ਉਹ ਆਖਣਗੇ ਕਿ ਉਹਨਾਂ ਡਾਕਟਰ ਨੂੰ ਗਏ ਸੱਦਣ ਆਖਣਗੇ ਚਲੋ ਅਗਰ ਸੁਲਤਾਨ ਬਾਹੂ ਜਿਹੜੇ ਨੇ ਬਿਮਾਰ ਨੇ ਤਾਂ ਉਹਦਾ ਪਤਾ ਕਰਨਾ ਇਲਾਜ ਕਰੋ ਉਹ ਹਿੰਦੂ ਜਿਹੜਾ ਸੀ ਉਹ ਆਖਣਗਾ ਮੈਂ ਤੇ ਨਹੀਂ ਜਾਂਦਾ ਕਿਉਂ ਸੀ ਉੱਥੇ ਕਲਮਾ ਪੜ੍ਹ ਲਈਦਾ ਜਿਹੜਾ ਜਾਂਦਾ ਉਹ ਕਲਮਾ ਪੜ੍ਹ ਲਈ ਮੈਂ ਨੀ ਜਾਂਦਾ ਉਹਨਾਂ ਦਾ ਕੁੜਤਾ ਲਏ ਹੋ ਤੇ ਕੁੜਤਾ ਲਏ ਹੋ ਤੇ ਮੈਂ ਕੁੜਤਾ ਵੇਖਾਂਗਾ ਤੇ ਫਿਰ ਹੁਣ ਇੱਥੇ ਦੁਆ ਦੇਵਾਂਗਾ ਚੱਲ ਕੁੜਤਾ ਜੇ ਲਵਾ ਕੇ ਲੈ ਗਏ ਤੇ ਜਾ ਕੇ ਉਹਨਾਂ ਦਿੱਤਾ ਉਹਨੂੰ ਡਾਕਟਰ ਨੂੰ ਉਸਨੇ ਆ ਕਰਕੇ ਸਿੰਘਿਆ ਚਾਹੁੰਦਾ ਮੁਸਲਮਾਨ ਹੋ ਗਿਆ ਉਹ ਜਿਸੇ ਦਸਾਂ ਦਸਾਂ ਬਾਰਾਂ ਸਾਲਾਂ ਦੀ ਜਾਂ ਜ਼ਿਆਦਾ ਹੋਏ ਸਨ ਬਹੁਤ ਚਿਰ ਦੇ ਹੋਏ ਸਨ ਆਪ ਤੇ ਚਾਰ ਚਾਰ ਬੀਵੀਆਂ ਸੀ ਤੇ ਮਾਈ ਸਾਹਿਬ ਆਖਣਗੇ ਜਾ ਪੁੱਤਰ ਕਿਤੇ ਜਾ ਕੇ ਕਿਤੇ ਜਾ ਕੇ ਤੇ ਪੀਰ ਫੜ ਤੇ ਬਾਦਸ਼ਾਹ ਆਖਣਗੇ ਮੈਂ ਜਿਹੜਾ ਤੁਸੀਂ ਪੀਰ ਹੋ ਮੈਂ ਕਿਹਨੇ ਪੀਰ ਫੜਨਾ ਤੇ ਮਾਈ ਸਾਹਿਬ ਆਖਣਗੇ ਪੁੱਤਰ ਜੇ ਜਨਾਨੀਆਂ ਹੁੰਦਾ ਮਰੀਦ ਕਰਨ ਦਾ ਹੁਕਮ ਆ ਤੇ ਮੈਂ ਵੀ ਕਰਦੀ ਤੇ ਬੀਬੀ ਖਾਤਮਾ ਗੁਜ਼ਾਰਾ ਵੀ ਕਰਦੀ ਜਨਾਨੀਆਂ ਕਰਦੀਆਂ ਤੇ ਹੁਕਮ ਹੀ ਨਹੀਂ ਬੰਦਿਆਂ ਜਨਾਨੀਆਂ ਤੇ ਬੰਦਿਆਂ ਨੂੰ ਹੁਕਮ ਤੇ ਫਿਰ ਜਾਗ ਰਜਾਗ ਕੇ ਪੀਰ ਫੜ ਆਖਣਗੇ ਫਿਰ ਕਿੱਧਰ ਨੂੰ ਜਾ ਮਾਈ ਸਾਹਿਬ ਬੜਾ ਫਿਰ ਹੱਥ ਨੇ ਇਸ਼ਾਰਾ ਕੀਤਾ ਪਈ ਜਦੋਂ ਆਪ ਜਿਉਂ ਤੁਰੇ ਦਰਿਆ ਦੇ ਕੰਢੇ ਦਿੱਤੇ ਹਬੀਬੁੱਲਾ ਸ਼ਾਹ ਸੈਯਦ ਸਾਹਿਬ ਸਨ ਬੜੇ ਵਲੀ ਅੱਲਾ ਸਨ ਉਹਨਾਂ ਦੇ ਕੋਲ ਬੜੇ ਉਹਨਾਂ ਦੇ ਕੋਲ ਬੰਦੇ ਬਾਲ ਕੇ ਸਨ ਮਰੀਦ ਬਥੇਰੇ ਬੈਠੇ ਹੁੰਦੇ ਸਨ ਉੱਥੇ ਜਿੱਥੇ ਗਏ ਤੇ ਆਪ ਨੇ ਆਖਿਆ ਜੀ ਮੈਂ ਬੈਤ ਹੋਣਾ ਉਹਨਾਂ ਆਖਿਆ ਬੈਤ ਹੋਣਾ ਤੇ ਪਹਿਲੂ ਜਾ ਘਰ ਜਾ ਕੇ ਤੇ ਜਨਾਨੀ ਆਪਣੀ ਨੂੰ ਲਿਖਦੇ ਆ ਛੱਡ ਆ ਤੇ ਜਿਹੜਾ ਘਰ ਦਾ ਮਾਲ ਬਾਹਰ ਸੁੱਟਿਆ ਫਿਰ ਤੈਨੂੰ ਬੈਤ ਕਰ ਅੱਛਾ ਜਿਸੇ ਉਹਨਾਂ ਇਹ ਗੱਲ ਆਖੀ ਤੇ ਉਸਨੂੰ ਮਾਈ ਸਾਹਿਬ ਵੀ ਗਲੀ ਸਨ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਆਖਿਆ ਬਈ ਇੰਨੇ ਕੰਮ ਕਰੋ ਬਈ ਜਿਸੇ ਬੀਵੀਆਂ ਨੂੰ ਆਖਿਆ ਮਾਈਆਂ ਨੂੰ ਆਖਿਆ ਆਪਣੀਆਂ ਨੂੰਹਾਂ ਨੂੰ ਮਾਈ ਸਾਹਿਬ ਆਖਣਗੇ ਤੇ ਜਦੋਂ ਅੱਜ ਆਏਗਾ ਨਾ ਤੁਹਾਡਾ ਮਾਲਕ ਤੇ ਮੇਰੇ ਪਿੱਛੇ ਬਹਿ ਜੇ ਜੀ ਤੇ ਗੱਲ ਕੋਈ ਨਾ ਕਰੇ ਜੀ ਤੇ ਤੁਹਾਨੂੰ ਅੱਜ ਲਿਖਤ ਮਿਲ ਜਾਣੀ ਤੇ ਤੁਸੀਂ ਆਖਿਓ ਜੇ ਤੇ ਸਾਨੂੰ ਜੀ ਤੁਸੀਂ ਹੱਕ ਚ ਰਹਿਣ ਦੇ ਆਪਣੇ ਹੱਕ ਚ ਹੀ ਰਹਿਣ ਦੇ ਤੇ ਆ ਤੁਹਾਨੂੰ ਆਪਣਾ ਹੱਕ ਬਖਸ਼ਿਆ ਸਾਨੂੰ ਲਿਖਤ ਨਾ ਮਾਈਆਂ ਆਖੇ ਚੰਗਾ ਜਿਸਲੇ ਬਾਦਸ਼ਾਹ ਗਏ ਤੇ ਆਖਣ ਲੱਗੇ ਉਹ ਮਾਈ ਸਾਹਿਬ ਵਾਲੀ ਵੇਖਿਆ ਤੇ ਮਗਰ ਬੈਠੀਆਂ ਮਾਈਆਂ ਚਾਰੇ ਟੱਬਰ ਆਪਣੇ ਆਪ ਆਖਣ ਲੱਗੇ ਮਾਈ ਸਾਹਿਬ ਆਖਣ ਲੱਗੇ ਕੀ ਗੱਲ ਹੈ ਕਹੇ ਬਸ ਇਹਨਾਂ ਨੂੰ ਲਿਖਤੀ ਤੇ ਇਹਨਾਂ ਨੂੰ ਕਦੋਂ ਕਰ ਦੇਣਾ ਜਿਹੜਾ ਘਰ ਦਾ ਮਾਲ ਜੋ ਕੋਈ ਸੋਨਾ ਚਾਂਦੀ ਬਾਹਰ ਮਾਈ ਸਾਹਿਬ ਉਹਨਾਂ ਆਖਿਆ ਮਾਈਆਂ ਨੇ ਦੱਸਾਂ ਤੁਹਾਨੂੰ ਹੱਕ ਬਖਸ਼ਿਆ ਤੇ ਸਾਨੂੰ ਲਿਖਤ ਨਾ ਦਿਓ ਸਾਨੂੰ ਇੱਥੇ ਹੀ ਰਹਿਣ ਦਿਓ ਹੱਕ 'ਚ ਰਹਿਣ ਦਿਓ ਉਹਨਾਂ ਆਖਿਆ ਸਰ ਚਲੋ ਫਿਰ ਗੱਲ ਹੱਕ ਬਖਸ਼ਾ ਲਿਆ ਉਹਨਾਂ ਜਿਹੜਾ ਸੀ ਨਾ ਕੋਈ ਸੋਨਾ ਸੋਨਾ ਘਰ ਅੰਦਰ ਕੋਈ ਸ਼ੇਰ ਸੋਨੇ ਦਾ ਸੀ ਮਾਈ ਸਾਹਿਬ ਰੱਖਣਗੇ ਕੁਝ ਨੀ ਵੇਲ ਦੇਖੋ ਨਾ ਤੇ ਕੋਈ ਸ਼ੇਰ ਸੋਨਾ ਲਿਖਿਆ ਉਹ ਸੋਨਾ ਫੜ ਕੇ ਤੋਂ ਬਾਹਰ ਛੱਪੜ ਇੱਕ ਬੱਚਾ ਸੀ ਛੋਟਾ ਜਿਹਾ ਆਪਦਾ ਉਹਨਾਂ ਦੇ ਨਾਂ ਕਦੇ ਮੈਨੂੰ ਚੇਤਾ ਨਹੀਂ ਰਿਹਾ ਉਹਦੀ ਇੱਥੇ ਇੱਕ ਅੰਗੂਠੀ ਪਈ ਉਹ ਅੰਗੂਠੀ ਵੀ ਲਾ ਕੇ ਆਪਣੇ ਬਾਹਰ ਤੁਰ ਪਏ ਫਿਰ
ਗਏ ਜਿਸਲੇ ਸਖੀ ਬੀਬੁੱਲਾ ਦੇ ਕੋਲ ਗਏ ਤੇ ਜਾ ਕੇ ਉਹਨਾਂ ਨੂੰ ਆਖਣਗੇ ਜੀ ਹੁਣ ਮੈਨੂੰ ਮਰੀਜ਼ ਕਰੋ। ਉਹਨਾਂ ਆਖਿਆ ਅੱਛਾ ਤੈਨੂੰ ਕਰਨੇ ਮਰੀਜ਼। ਉਹਨਾਂ ਆਖਿਆ ਮਰੀਜ਼ ਕਰ ਕੀਤਾ ਨਾ ਤੇ ਉਹਨਾਂ ਆਖਿਆ ਕੈਸੇ ਆ ਪਾਣੀ ਮੱਠਣ ਦਾ ਭਰ ਫਿਰ ਤੈਨੂੰ ਮਰੀਜ਼ ਕਰ ਆਖਿਆ ਚੰਗਾ। ਉਹ ਆਪ ਨੇ ਕੀ ਕੀਤਾ ਨੇੜੇ ਦਰਿਆ ਸੀ ਉਹ ਮੱਠਣ ਉਹਨਾਂ ਆਖਿਆ ਪਾਰਾ ਆਪ ਨੇ ਜਿਸ ਕੀਤਾ ਨਾ ਇਹ ਲਿਲਾ ਤੇ ਉਹ ਪਾਣੀ ਦਰਿਆ ਦਾ ਸਿੱਧਾ ਮੱਠਣ ਨੂੰ ਲਾ ਦਿੱਤਾ ਤੇ ਮਸੀਤ ਵੀ ਭਰ ਦਿੱਤੀ ਗੁੜ ਗੁੜ ਪਾਣੀ ਖਿਲਾ ਤੇ ਪਾਣੀ ਮਸਜਿਦ ਚ ਖਲੋ ਗਿਆ ਤੇ ਮੱਠਣ ਵੀ ਭਰ ਗਈ ਤੇ ਬੀਬੁੱਲਾ ਸ਼ਾਹ ਆਏ ਉਹਨਾਂ ਆਖਿਆ ਬਾਈ ਇਹ ਕੀ ਯਾਦਰ ਤੂੰ ਜਿਹੜਾ ਤੁਸੀਂ ਨਵਾਂ ਮਰੀਜ਼ ਕੀਤਾ ਉਸੇ ਮੱਠਣ ਵੀ ਪਾਣੀ ਦੀ ਭਰ ਦੇ ਮਸੀਤ ਚ ਪਾਣੀ ਗੁੜ ਗੁੜ ਖਿਲਾ ਦੇ ਆਖਣਗੇ ਕਿਉਂ ਬਈ ਆ ਕੋਈ ਨੱਚੜੀ ਆਖਣਗੇ ਤੂੰ ਇਹ ਕੀ ਕੀਤਾ ਆਖਣਗੇ ਬੜਾ ਤੂੰ ਯਾ ਬੜੀ ਅੱਲਾ ਬਣਿਆ ਇਹ ਜਿੱਥੇ ਤੂੰ ਫਿਰਨਾ ਹੀ ਆਖੋ ਆਪ ਨਾ ਚਿਰ ਕੇ ਤੇ ਆਖਣਗੇ ਅੱਛਾ ਵੇਖ ਲੈਨੇ ਤੂੰ ਸਖੀ ਵੀ ਬੁਲਾ ਆਖ ਉੱਠ ਪਈ ਉੱਡ ਗਏ ਉੱਠ ਗਏ ਤੇ ਮਗਰ ਬਾਦਸ਼ਾਹ ਵੀ ਉੱਡ ਗਏ ਜਿਉਂ ਉੱਡੇ ਕਿਸੇ ਉਜਾੜ ਦੇ ਵਿੱਚ ਜਾ ਕੇ ਤੇ ਉੱਥੇ ਬੁੱਢੜੇ ਜੇ ਬਣ ਕੇ ਤੇ ਹਲ ਜੋਇਆ ਆ ਤੇ ਸੋਟੀ ਫੜੀ ਚੰਗੀ ਦੇਖ ਹਲਦੇ ਬਾਦਸ਼ਾਹ ਵੀ ਮਗਰ ਲੱਗੇ ਜੇ ਗਏ ਉੱਥੇ ਜਾ ਕੇ ਤੇ ਆਖਣ ਲੱਗੇ ਇਹ ਬਾਬਾ ਜੀ ਉਰੇ ਕਰੋ ਮੈਂ ਹਲ ਬਣਨਾ ਤੁਸੀਂ ਨਿਭਾਓ ਦੇਖ ਲਿਆ ਉਹਨਾਂ ਮਗਰ ਕੇ ਆ ਗਿਆ ਅਕਲ ਕੇ ਲਿਆ ਬਾਬਾ ਜੀ ਮੈਂ ਹਲ ਬਣਨਾ ਆਪੇ ਛੋਟੀ ਫੜ ਲਈ ਛੋਟੀ ਫੜ ਕੇ ਤੇ ਆਪ ਜਿਸ ਨੂੰ ਹੱਲ ਕੇ ਮਾਰ ਤੇ ਉਹ ਸਖੀ ਵੀ ਬੁੱਲਾ ਜਿਹੜਾ ਫਿਰ ਸੁੱਟ ਕੇ ਫਿਰ ਉੱਡ ਕੇ ਜਾ ਕੇ ਤੇ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਨਾ ਤੇ ਉਹ ਉਦੋਂ ਤਿਲਕ ਲਾਉਂਦੇ ਨੇ ਬੰਬ ਉਹਨਾਂ ਪਿਆਲੇ ਚ ਪਾ ਲੈਣਾ ਰੰਗ ਮਿੱਠਾ ਤੇ ਅੱਜ ਤਿਲਕ ਲਾਉਣਾ ਜੀ ਆਪ ਜੀ ਤਿਲਕ ਲਾਉਣ ਲੱਗ ਪਏ ਸਖੀ ਵੀ ਬੁੱਲਾ ਬਾਜ਼ਾਰ ਵਿੱਚ ਖਲੋ ਕੇ ਤੇ ਬਾਦਸ਼ਾਹ ਸਖੀ ਸੁਲਤਾਨ ਸਾਹਿਬ ਵੀ ਜਿਉਂ ਉੱਡੇ ਨਾ ਜਾਗ ਤੇ ਅੱਗੇ ਨਿੱਕੇ ਜੇ ਬੱਚੇ ਬਣ ਕੇ ਨਾ ਤੇ ਅੱਗੇ ਖਲੋ ਰਹੇ ਜੇ ਤਿਲਕ ਲਾਉਂਦੇ ਹੋ ਲਾਉਂਦੇ ਹੋ ਆਖਣਗੇ ਪੰਡਿਤ ਜੀ ਮੈਨੂੰ ਵੀ ਤਿਲਕ ਲਾਇਆ ਜੀ ਤਿਲਕ ਲਾਉਣਾ ਤੇ ਉੱਥੇ ਪਿਆਲਾ ਸੁੱਟ ਕੇ ਫਿਰ ਉੱਠ ਕੇ ਪਿਆਲਾ ਉੱਥੇ ਭੰਨ ਛੜਿਆ ਫਿਰ ਭੱਜੇ ਫਿਰ ਜਾ ਕੇ ਤੇ ਕਿਸੇ ਪਿੰਡ ਮਸਜਿਦ ਸੀ ਮਸਜਿਦ ਦੇ ਵਿੱਚ ਜਾ ਕੇ ਤੇ ਸਬਕ ਮੁੰਡਿਆਂ ਨੂੰ ਲੱਭਦੇ ਆ ਬੱਚੇ ਪੜ੍ਹਾਉਣ ਲੱਗ ਆਪ ਹੀ ਜਿਉਂ ਮਗਰ ਭੱਜੇ ਵੀ ਲੈ ਕੇ ਨਾ ਕੈਦਾ ਛੋਟੇ ਜਿਹੇ ਬੱਚੇ ਬਣ ਕੇ ਤੇ ਆਖਣਗੇ ਇਹ ਮੌਲਵੀ ਜੀ ਮੈਨੂੰ ਵੀ ਸਬਕ ਦਿਓ ਉਹਨਾਂ ਆ ਗਿਆ ਤੈਨੂੰ ਨੀ ਸਬਕ ਦੇ ਸਕਦੇ ਸਖੀ ਵੀ ਗੁਲਾ ਖਾਤੇ ਨੀ ਸਬਕ ਦੇ ਸਕਦੇ ਉਹਨਾਂ ਨੂੰ ਫਿਰ ਪਤਾ ਲੱਗਾ ਆਖਣ ਲੱਗੇ ਗੱਲ ਇਹ ਵੀ ਸਬਕ ਤੇ ਨਹੀਂ ਤੈਨੂੰ ਦੇ ਸਕਦੇ ਤੇ ਤੇਰਾ ਦੱਸ ਲਿਆ ਜਿੱਥੇ ਜਾ ਕੇ ਤੂੰ ਬਹਿ ਤੂੰ ਉੱਥੇ ਜਾ ਕੇ ਬਹਿ ਤੂੰ ਤੇਰਾ ਫੈਜ਼ ਉੱਥੇ ਆਪ ਆਖਣ ਲੱਗੇ ਦਿੱਲੀ ਲਗਾ ਜਾ ਪੀਰ ਅਬਦੁਰਰਹਿਮਾਨ ਨੇ ਜਨਾਬ ਗੋਸਵਾਲ ਦੇ ਪੋਤਰੇ ਨੇ ਉਹਨਾਂ ਦੀ ਜਾਗਤ ਬਹਿ ਤੂੰ ਉੱਥੇ ਤੇਰਾ ਫੈਜ਼ ਆਪ ਫਿਰ ਜੀ ਉੱਥੇ ਨਿਕਲੇ ਤੁਰ ਪਏ ਆਪ ਉੱਥੇ ਗਏ ਦਿੱਲੀ ਜਿੱਥੇ ਅੱਗੇ ਅੱਗੇ ਪੀਰ ਅਬਦੁਰਰਹਿਮਾਨ ਅੱਖੀਆਂ ਲੱਭਦਾ ਪਿਆ ਧਿਆਉਂਦਾ ਫਿਰ ਦਰਵੇਖ ਉਹਨਾਂ ਦਰਵੇਸ਼ਾ ਗੁਆਲ ਜੀ ਘੱਲੇ ਤੇ ਜਾਓ ਇਸੇ ਤਰ੍ਹਾਂ ਨਾ ਉਹ ਲੀਲੀ ਜੀ ਟਾਈਮ ਸੀ ਬੱਦੀ ਉੱਚੀ ਗਈ ਤੇ ਖੱਦਰ ਦਾ ਝਿੱਗਾ ਪਾਇਆ ਤੇ ਸਿਰੋਂ ਨੰਗਾ ਜੀ ਟਿੰਡ ਕਰਾਈ ਤੇ ਇਸ ਤਰ੍ਹਾਂ ਦਾ ਬੰਦਾ ਜੀ ਉਹਨੂੰ ਜਾਓ ਗੋਲੀ ਜਾ ਉਹ ਆਪ ਬਾਦਸ਼ਾਹ ਸੁਲਤਾਨ ਸਾਹਿਬ ਜਿਹੜੇ ਸੀ ਨਾ ਉਹਨਾਂ ਨੂੰ ਕੋਈ ਸ਼ੋਕ ਕੱਪੜੇ ਨਹੀਂ ਕੱਪੜਿਆਂ ਦਾ ਨਹੀਂ ਉਹਨੇ ਰੱਖਿਆ ਇਸੇ ਸਦਕਾ ਨਹੀਂ ਜ਼ਾਹਰ ਹੋਏ ਸਾਰੀ ਆਪਾਂ ਜਿਹਨੇ ਉੱਚੀ ਜੀ ਟਾਈਮ ਸੀ ਲੀਲੀ ਜੀ ਮਨ ਛੱਡਦੇ ਸਨ ਤੇ ਆਪਣਾ ਉਹ ਮਾੜੇ ਮਾੜੇ ਭੈੜੇ ਭੈੜੇ ਸੰਦੇ ਜੋਸ਼ ਨੇ ਤੇ ਉਹਨਾਂ ਨਾਲ ਹਾਲ ਪਏ ਮਾਣੇ ਤੇ ਬਸ ਹੋਵੇ ਕੁਝ ਨਾ ਹੋਵੇ ਉਹ ਤਾਂ ਲੁਕੇ ਦੁਨੀਆਂ ਤੋਂ ਲੁਕਦੇ ਸਨ ਤੇ ਲੁਕੇ ਅੱਛਾ ਦਰਵੇਸ਼ ਅੱਗੋਂ ਵਾਲੀ ਦੀ ਗਏ ਜਿਹੜੀ ਉਹਨਾਂ ਨਿਸ਼ਾਨੀ ਦੱਸੀ ਫਿਰ ਲੈ ਕੇ ਉਹਨਾਂ ਨੂੰ ਨਾਲ ਤੇ ਆ ਗਏ ਜਿੱਥੇ ਆਏ ਦਰਵੇਸ਼ ਤੇ ਉਹਨਾਂ ਫਿਰ ਬੈਠ ਕੀਤਾ ਕੁਆਦ ਜਿੱਦਾਂ ਕੀਤੇ ਨੇ ਨਿਕਲੇ ਬਾਜ਼ਾਰ ਚ ਆਏ ਤੇ ਹਿੰਦੂਆਂ ਦਾ ਜ਼ਮਾਨਾ ਸੀ ਉਹਨਾਂ ਕੀਤਾ ਲਾ ਇਲਾਹਾ ਇਲਲਲਾ ਜਿੰਨੇ ਹਿੰਦੂ ਸਨ ਕਲਮਾ ਪੜਨ ਲੱਗ ਕਈ ਉਲੀਆ ਕਰ ਫਿਰ ਉੱਥੋਂ ਉੱਠੇ ਫਿਰ ਉੱਥੋਂ ਉੱਠੇ ਮਸੀਤੇ ਆਏ ਜੁਮੇ ਦਾ ਦਿਨ ਸੀ ਜੁਮਾ ਪੜ੍ਹਦੇ ਆ ਤੇ ਲੋਕ
جسے لائی نے مسیح کے باہر سے دھیان کر کے ماحول سے کی تو لا اللہ کی طرح ساری مسجد ساری مسجد کلمہ لگ گئی. خیر جمع پڑے ہوتے ریشاں آئے تھے آ کے آخیا پیر عبد الرحمان یا حضرت وہ بندہ جہاں کسان مریض کیتا ہے اس کی بڑا دکھ ہو رہا ہے وہ تو سرکار اسی طرح اپنا کرد ہے کئی مسلمان کرتے نہیں اس مسلمان کرتے ہیں مسیطے ہونے سارے لوگوں نے وجد پی گیا اور سدو گے سدیا گئے آخر لگے کہ ہاں بھائی کی گل تھی سنیا مسیطے جا کے بڑے مسلمان کرتے ہیں آخر لگا جی کوئی گل نہیں تم آدھی کو پانڈا لے دا تم کہ پیالہ لے دا بجائی دا کہ میں بجا کے ویک میں بجا کے ویک آپ پھر سگوں مہربان ہوئے آپ نے کہا جا پھر اور دیتا آخر میں جا ہوں بجا جا کے چنا جنا مرضی پیا اتو تر پے ادو ترتے سن زمانہ راہ چاہے کسی اجاڑ سی جنگل وہ آ کے تھک گئے لمے پے لمے پے سن کے ہندو سن چالی جوگی منگن والے کنگا والے وہ منگ دیں گے ہندو وہ ترے جانے سن ان ویکیا تو رنگ کنج کے جا کے انہیں آخیا بھی اتنے بندہ کو بچے سانو راہ دسے راہ پائے سانو راہ نہیں آتا جائیے کتنے وہ لگے دلیل کرن کوئی ادھر پھر کوئی ادھر پھر آپ ستے آخر گیا بندہ ستا ہے نہیں جگاؤ ہاں وہ جسے ایک نے ٹھوٹ چک ماریا پیروں نے اٹھتا یار سانو راہ دس آپ چیتی نے بلو کر لا اللہ محمد رسول چالی بلی کر چالی چالی اپنا کام اپنا کاروبار کرتے رہے سید صاحب سن سید صاحب سن اس پاس کے علاقے دے سن وہ شدر دے سن تے انہاں نکاح کر لی تھی جا آیا شاہ جسے سید آیا تے آ کے ویکیا تے آپ نے پیڑے پیڑے کٹے جتے ہار وان دے اپنا کدی ڈیا ڈیا رہے وہاں جیتا بدی نہ کوئی کپڑا چجتا نہ گل نہ بات آیا جسے ویک کے نا بنے سے کلو کے نا شاہ آخ گے وہ بھائی تر کے نہیں پھر کی گل آخر میں جانا کی آیا سن آتے سن کہ اتنے سفی سلطان ہے وہ کوئی جنڈا ہے مینو پتا نہیں تو کوئی ملے آپ آخ لیں گے پھر لہ پھڑ جا چنگی پھڑ وہ پچاو کرنے بیٹھے تو ٹیم پھڑ کے وہاں چ ماری انہیں تو سونا بن گیا آخ لیں گے آخ لیں گے جن مرضی ہے نا جن لوڑ جی نا ان چک لو تا چکے تے پھر انہاں سونا شاہ نے چک لیا جنہ دل کردا سی وہ چک لیا تے اسی دربار گئے سا تے اوتھے جڑے گدی نہیں سی انسان نا انہاں کو سنیا سی تے او شاہ دی اولاد ہوندی اے جنہ چراوندی رہی اے کرے انہاں دے عام سینا دے سگی مستان تے اگے جڑے وہ تے سن او سونے ورانگی ہو انہاں دی بیویاں انہاں دی اولاد ہوندی رہی اے کل دیور پایا او سونے او سونے دا او دا رنگ ہی چمکی تو قرآن پاک دی گورنر سن بادشاہ دی جہانگیر بادشاہ جتوں دی زمین سارا ملک ہی انہاں دا وہ گورنر سن تو اتوں نو کتاب سے اتنے آ جسے شور شریف آئے تھے اتنے آ کے انہیں دن فکر دیتے آخا بھی اِسی ملتان جانے اتنے جا کے نوکری کر بھائی صاحب آخر نوکری کرو چلو نوکری کر
ਉੱਥੇ ਜਿਸ ਵੇਲੇ ਗਏ ਮੁਲਤਾਨ ਗਏ ਤੇ ਉਹਨਾਂ ਨੂੰ ਪਤਾ ਸੀ ਆਖਰ ਉਹਨਾਂ ਨੂੰ ਪਤਾ ਹੀ ਹੁੰਦਾ ਬਾਦਸ਼ਾਹ ਜੀ ਨੇ ਨੌਕਰ ਉਹਨਾਂ ਆਖਿਆ ਵੀ ਤੁਸੀਂ ਨੌਕਰੀ ਕਰੋਗੇ ਆਹ ਨੌਕਰੀ ਕਰਾਂ ਤੇ ਫਿਰ ਅਖੇ ਸਾਨੂੰ ਇੱਕ ਵੱਖਰਾ ਕਮਰਾ ਦੇ ਦਿਓ ਤੇ ਉਹਦੇ ਵਿੱਚ ਅਸੀਂ ਲੰਮੇ ਪਈਏ ਤੇ ਉਹਦੇ ਵਿੱਚ ਅਸੀਂ ਬੈਠੇ ਰਹੀਏ ਸਾਨੂੰ ਕੋਈ ਕੁਆਏ ਨਾ ਜਗਾਏ ਨਾ ਸਾਨੂੰ ਆਖੇ ਨਾ ਰੋਟੀ ਸਾਨੂੰ ਉੱਥੇ ਵੀ ਮਿਲੇ ਤੇ ਅਸੀਂ ਕੰਮ ਤੇ ਅਸੀਂ ਆਪਣਾ ਕੰਮ ਇਸ ਤਰ੍ਹਾਂ ਕਰ ਸਕਦੇ ਉਹਨਾਂ ਆਖਿਆ ਨਹੀਂ ਤੁਹਾਨੂੰ ਕੋਈ ਕੁਆਂਦਾ ਨਹੀਂ ਤੁਹਾਨੂੰ ਕੋਈ ਬੁਲਾਉਂਦਾ ਆਹ ਕਮਰਾ ਇਹਦੇ ਵਿੱਚ ਨਮਾਜ਼ ਪੜ੍ਹੋ ਜੋ ਮਰਜ਼ੀ ਆਪ ਨੂੰ ਜਿਸ ਵੇਲੇ ਕਮਰਾ ਮਿਲ ਗਿਆ ਤੇ ਆਪ ਉੱਥੇ ਲੱਗ ਪਏ ਨਮਾਜ਼ ਪੜ੍ਹਨ ਤੇ ਉੱਥੇ ਆਪਣਾ ਕਮਰੇ ਚ ਰਹਿਣ ਲੱਗ ਪਏ ਤੇ ਫੌਜਾਂ ਦੇ ਬੜੀਆਂ ਫੌਜਾਂ ਪਲਟਣਾ ਬਾਦਸ਼ਾਹ ਦੀਆਂ ਸਨ ਉਧਰੋਂ ਮਰਵਟ ਰਾਜਾ ਸੀ ਹਿੰਦੂ ਮਰਵਟ ਰਾਜਾ ਉਹਦੇ ਨਾਲ ਉਹੀ ਲੜਾਈ ਲੱਗ ਪਈ ਇਹ ਬਾਦਸ਼ਾਹ ਨੇ ਜਿਹਦੇ ਨੌਕਰ ਜਹਾਂਗੀਰ ਬਾਦਸ਼ਾਹ ਜੇ ਲੜਾਈ ਸ਼ੁਰੂ ਹੋਣ ਲੱਗੀ ਉਧਰੋਂ ਉਹਦੀਆਂ ਫੌਜਾਂ ਲੱਗੀਆਂ ਚੜ੍ਹਨ ਤੇ ਉਧਰੋਂ ਇਹ ਫੌਜਾਂ ਇਧਰੋਂ ਵੀ ਚੜ ਪਈ ਤੁਹਾਨੂੰ ਫੌਜ ਕਿ ਨਹੀਂ ਦੇਈਏ ਮੈਂ ਫੌਜ ਕੀ ਕਰਨਾ ਮੈਂ ਕੱਲਾ ਹੀ ਜਾਵਾਂ ਉਹ ਜਿਹੜੇ ਅਹਿਲਕਾਰ ਸਨ ਵਜ਼ੀਰ ਨੂੰ ਸੱਦੀ ਉਹ ਆਖਣਗੇ ਇਹ ਗਵਰਨਰ ਚੰਗਾ ਤਾਂ ਮੈਂ ਕੱਲਾ ਹੀ ਜਾਵਾਂਗਾ ਇਸ ਕੀ ਕਰਨਾ ਹੈ ਆਪ ਆਖਾਂਗੇ ਅਸੀਂ ਕੱਲੇ ਜਾਂ ਅਸਾਂ ਪਹਿਲੇ ਦਿਨ ਦਾ ਵਾਅਦਾ ਕੀਤਾ ਨਾ ਅੱਗੇ ਦੀ ਮਰਨੀ ਤਾਂ ਆਪਣੀ ਕਰਨੀ ਉਹ ਨਾ ਫਿਰ ਇੱਕ ਘੋੜੀ ਲਿਖਿਆ ਕਿਤਾਬ ਦੇ ਵਿੱਚ ਘੋੜੀ ਸੋਨ ਘੋੜੀ ਦਾ ਨਾਮ ਆਪ ਨੇ ਆਖਿਆ ਘੋੜੀ ਕੱਸੋ ਸਿਪਾਹੀ ਉਹਨਾਂ ਆਖੇ ਮੈਨੂੰ ਜਿਹੜਾ ਰਾਜਾ ਉਹਦੀ ਫੋਟੋ ਦੇ ਦੀ ਉਹਨਾਂ ਫੋਟੋ ਦੇ ਦੀ ਆਪ ਆਖਣਗੇ ਉਹਨਾਂ ਆਖਿਆ ਇੱਕ ਸਿਪਾਹੀ ਨਾ ਆਖਣਗੇ ਸਿਪਾਹੀ ਦੇ ਲੋ ਉਹਨਾਂ ਆਖਿਆ ਫਿਰ ਅਸਾਂ ਸਿਪਾਹੀ ਨਾਲ ਦਿੱਤਾ ਉਹਨਾਂ ਤੇ ਉਹ ਮਰਮਟ ਰਾਜਾ ਜਿਹੜਾ ਕਿਲ੍ਹਾ ਉੱਥੇ ਮਿਲਿਆ ਆਪ ਤੁਰ ਤੇ ਜੇ ਘੋੜੀ ਦੇ ਉੱਤੇ ਚੜ੍ਹ ਕੇ ਤੇ ਸਿਪਾਹੀ ਨਾਲ ਘੋੜੀ ਲੈ ਘੋੜਾ ਲੱਗ ਗਿਆ ਇਹ ਨੇੜੇ ਗਏ ਤੇ ਉਹ ਆਪ ਆਖਣਗੇ ਸਿਪਾਹੀ ਤੁਰ ਜਾ ਪਿਛਾ ਤੇ ਫੋਟੋ ਰੱਖ ਉਹ ਫੋਟੋ ਦੇ ਲਈ ਉਹਨਾਂ ਦੇ ਆਪ ਗਏ ਜਾ ਕੇ ਇਹਨਾਂ ਨੂੰ ਹੱਥਾਂ ਕਦਾ ਆਉਂਦੇ ਅੱਛਾ ਫੋਟੋ ਨਾ ਦੀ ਪਿਆਨਾ ਤੁਸੀਂ ਫੋਟੋ ਪਿਆਨ ਦੇ ਮੈਂ ਤੇ ਫੋਟੋ ਪਿਆਨਾ ਉਹ ਤੁਹਾਡੀ ਸਾਡੇ ਸੁਣੀ ਦੀ ਉਹ ਜਿਹੜੇ ਬਾਦਸ਼ਾਹ ਗਏ ਉਹਨਾਂ ਘੋੜੀ ਲੈ ਕੇ ਤੇ ਉਹਨਾਂ ਕੱਟ ਰਿਹਾ ਆਪ ਗਏ ਤੇ ਅੱਗੇ ਰਾਜੇ ਦਾ ਦਰਬਾਰ ਲੱਗਿਆ ਸੀ ਤੇ ਰਾਜਾ ਬੈਠਾ ਸੀ ਕੁਰਸੀ ਦੇ ਉੱਤੇ ਤੇ ਦੋਵੇਂ ਵਜ਼ੀਰ ਸੱਦੀ ਬੈਠੇ ਸਨ ਉੱਤੇ ਕੁਰਸੀ ਦੇ ਅਗਰ ਵਜ਼ੀਰ ਦੇ ਅੰਤ ਲੈ ਲਿਆ ਉਹਨਾਂ ਕੀ ਕੀਤਾ ਘੋੜੀ ਪਿਛਾ ਕਿਲੇ ਦੇ ਬੂਹੇ ਕੇ ਖਿਲਾਰ ਕੇ ਬੂਹੇ ਦੇ ਚਗਾਨਾ ਕੇ ਖਿਲਾਰੀ ਤੇ ਤਲਵਾਰ ਖਿੱਚ ਕੇ ਤੇ ਜਾ ਕੇ ਰਾਜੇ ਦਾ ਸਿਰ ਲਾ ਲਿਆ ਜਿੰਨੀ ਗਲਗੱਦੀ ਕਹਿੰਦੀ ਰਹੀ ਕਿਸੇ ਨੂੰ ਸਿਰ ਪੁਸਰ ਨਾ ਆਇਆ ਤੇ ਕੀ ਕਰਨਾ ਤੇ ਕੀ ਬਣਾਉਣਾ ਉਹ ਸਾਰੀ ਖਲਕਤ ਕਹਿੰਦੀ ਤੇ ਆਪ ਸਿਰ ਲਾ ਕੇ ਕੁਰਜੀ ਚ ਪਾਇਆ ਉਹਨਾਂ ਹੋਰ ਤੇ ਕੁਝ ਨਾ ਕਿਸੇ ਨਾ ਬਾਹਰ ਲੱਗਾ ਜਾ ਕਿਲੇ ਦਾ ਉਹ ਬੰਦ ਕਰ ਲਿਆ ਜਾਂਦੇ ਨੇ ਫਿਰ ਚਾਰ ਚਾਰ ਬੰਦੇ ਉੱਚੀ ਦਵਾ ਤੇ ਆਪ ਨੇ ਘੋੜੀ ਨੂੰ ਇਸ਼ਾਰਾ ਕੀਤਾ ਤੇ ਘੋੜੀ ਦੁਆਰ ਟੱਪ ਘੋੜੀ ਜੇ ਦੁਆਰ ਟੱਪ ਗਈ ਫੌਜਾਂ ਜੇ ਲੜਾਈ ਸ਼ੁਰੂ ਨਹੀਂ ਹੋਈ ਤੇ ਆਪ ਨੇ ਸਿਰ ਲਿਆ ਕੇ ਉਹ ਬਾਦਸ਼ਾਹ ਦੇ ਅੱਗੇ ਜੇ ਧਰ ਦਿੱਤਾ ਤੇ ਉਹ ਵਜ਼ੀਰ ਮੁਸੱਦੀ ਜਿਹੜੇ ਸਨ ਉਹ ਵੇਖਣ ਲੱਗ ਕੇ ਅਜਿਬ ਗੱਲ ਇਕੱਲਾ ਬੰਦਾ ਜਾ ਕੇ ਰਾਜ ਦਾ ਸਿਰ ਵੱਢ ਲਿਆ ਹੈ ਹੈ ਇਹ ਇਹ ਉਹਨਾਂ 'ਚ ਤਾਕਤ ਸੀ ਜਿਹੜੇ ਹਜ਼ਰਤ ਸੁਲਤਾਨ ਸਾਹਿਬ ਦੇ ਬਾਪ ਇਹ ਤਾਕਤ ਸੀ ਦਰਬਾਰ ਸੀ ਨਾ ਪਰਾ ਦਰਬਾਰੋਂ ਪਰਾ ਬੜੀ ਜ਼ਮੀਨ ਹੈ ਆਪਦੀ ਉਹ ਫਿਰ ਜਿੰਨੀ ਸੀ ਵਲੀ ਵਲੀ ਗਈ ਆਪਨੇ ਵਲੀ ਵੀ ਨਹੀਂ ਕਈ ਪਾਸੀ ਜ਼ਮੀਨਾਂ ਪਈਆਂ ਨੇ ਆਪ ਦੀਆਂ ਕੋਈ ਸਰਫ ਸਾਫ ਕੋਈ ਰਾਗ ਕੋ ਨਹੀਂ ਪਈ ਇਹ ਸਾਫ ਇਹ ਸਾਫ ਔਰ ਜਿਹੜਾ ਕਲਮਾ ਦਾ ਪੜ੍ਹ ਲੈਂਦੇ ਪੜ੍ਹੋ ਪੜ੍ਹੋ ਪੜ੍ਹੋ
Ooh.